ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਲਾਲ ਬਟਨ ਦੇ ਕਰਕੇ ਕਲਿੱਕ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਥੈਂਕ ਯੂ ਵੈਰੀ ਮਚ ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲੋ ਨੋਟ ਅਨੀਚਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋ ਖੇਤੀ ਵਾਲਾ ਸੰਧ ਹਾਲ ਤਾਂ ਵੀ ਆ ਡਾਕਟਰ ਟਰਾਲੀ ਜਾਂ ਕੋਈ ਵੀ ਮਸ਼ੀਨਰੀ ਬ੍ਰੇਕ ਕਾਰ ਜੀਪ ਕੱਢੀ ਸੇਲ ਕਰਨੀ ਹੈ ਤਾਂ ਉਸਦੇ ਆ ਪੰਜ ਸੱਤ ਫੋਟੋਆਂ ਨਾਲ ਹੀ ਦਿ ਲੋਡਿੰਗ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਹਾਏ ਤੇ ਕਰ ਦੇਵਾਂਗੇ ਬਿਲਕੁਲ ਫ੍ਰੀ ਐਡ ਹੈ ਵੀਰੇ ਕੋਈ ਕਮਿਸ਼ਨ ਨਹੀਂ ਆਪਣਾ ਸੋ ਇੱਕ ਰਿਕਵੈਸਟ ਹੈ ਵੀਰੇ ਜੋ ਕਿ ਮੇਰਾ ਵੀਰ ਐਡ ਕਰਵਾਉਣੀ ਆਪਣਾ ਮਸ਼ੀਨ ਦੇ ਸੈਂਡ ਕਰੂਗਾ ਤਾਂ ਆਪਣੇ ਜੀ ਦਾ ਜੋ ਰੇਟ ਹੈ ਪ੍ਰਾਈਸ ਹੈ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ ਤੇ ਸਹੀ ਜਾਣਕਾਰੀ ਦਿਓ ਕਿਉਂਕਿ ਵੀਰੇ ਰੇਟ ਬਾਰੇ ਵੀਰਾਂ ਦੀ ਬਹੁਤ ਕੰਪਲੀਨਟ ਆਉਂਦੀ ਹੈ ਵੀ ਵੀਡੀਓ ਦੇ ਵਿੱਚ ਰੇਟ ਜਿਆਦਾ ਰੱਖਿਆ ਜਾਂਦਾ ਹੈ ਸੋ ਜ਼ ਰਿਗਾਰਡਿੰਗ ਦੱਸਣ ਲੱਗੇ ਆ ਵੀਰੇ ਜੋ ਕੋਈ ਵੀਡੀਓ ਦੇ ਵਿੱਚ ਰੇਟ ਰੱਖਿਆ ਗਿਆ ਹੁੰਦਾ ਹੈ ਉਹ ਸਿਰਫ ਮਾਲਕੀ ਬਿਰਮਾ ਨਾਲ ਰੱਖੀ ਗਈ ਕਿ ਨਮਾਨ ਹੁੰਦੀ ਹੈ ਜੋ ਪ੍ਰਾਈਸ ਮੌਕੇ ਦੇ ਘੱਟ ਹੋਵੇਗਾ ਸੋ ਇਸ ਕਰਕੇ ਵੀਰੇ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਅਰ ਕੋਈ ਮੇਰਾ ਵੀ ਚੀਜ਼ ਖਰੀਦਣਾ ਚਾਹਵਣਾ ਹੈ ਮਾਲਕੀ ਬਿਰਾਂ ਨਾਲ ਫੋਨ ਤੇ ਕਨੈਕਟ ਕਰੋ ਮਾਰਕੀਟ ਵੈਲਿਊ ਵਾਲਾ ਰੇਟ ਵਗੈਰਾ ਸੈੱਟ ਕਰਕੇ ਜੀ ਤੁਸੀਂ ਖਰੀਦ ਸਕਦੇ ਹੋ ਮੌਕੇ ਦੇ ਡਿਸਕਾਊਂਟ ਕਰਨਗੇ ਵੀ ਸੁਨਾਲੀ ਚੀਜ਼ ਦੀ ਪੇਪਰ ਵਗੈਰਾ ਜਰੂਰ ਵੈਰੀਫਾਈ ਕਰ ਲਿਆ ਕਰੋ ਥੈਂਕ ਯੂ ਵੀਰੇ ਸੋ ਵੀਰੇ ਅੱਜ ਜਬਤੋਟ ਲੈ ਕੇ ਆਏ ਆ 6 ਚੀਜ਼ਾਂ ਨਸ਼ੇਲੀ ਆਪਣੇ ਕੋਲ 6 ਗੱਡੀਆਂ ਨੇ ਵੀਰੇ ਗੱਡੀਆਂ ਦੇ ਵਿੱਚ ਆਪਣੇ ਕੋਲ Tata Indica ਗੱਡੀ ਹੈ Maruti Swift Dzire ਹੈ Maruti Alto K10 ਹੈ Maruti Zen Hyundai Creta Mahindra Scorpio ਹੈ AS11 ਇਹ 6 ਗੱਡੀਆਂ ਸੇਲ ਲਈ ਨੇ ਵੀਰੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨ ਲੱਗੇ ਆਂ ਟਾਟਾ ਇੰਡੀਕਾ ਬਾਰੇ ਟਾਟਾ ਇੰਡੀਕਾ ਬਰੇ 2008 ਮਾਡਲ ਗੱਡੀ ਹੈ 2024 ਤੱਕ ਪਾਸਿੰਗ ਹੈ ਵਧੀਆ ਸਾਫ ਸੁਥਰੀ ਕੰਡੀਸ਼ਨ ਵਿੱਚ ਗੱਡੀ ਹੈ ਬਰੇ ਹਲਕੇ ਫੁਲਕੇ ਮਾਈਨਰ ਸਕ੍ਰੈਚਸ ਨੇ ਮਾਈਨਰ ਟੱਚਿੰਗ ਹੈ ਬਾਕੀ ਕੋਈ ਮੇਜਰ ਐਕਸੀਡੈਂਟਲ ਵਗੈਰਾ ਨਹੀਂ ਡੈਮੇਜ ਵਗੈਰਾ ਨਹੀਂ ਗੱਡੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਬਾਕੀ ਸਰਵਿਸ ਵਗੈਰਾ ਗੱਡੀ ਦੀ ਹੋਈ ਵੀ ਹੈ ਕੋਈ ਵੀਰੇ ਪ੍ਰੋਬਲਮ ਨਹੀਂ ਇੰਜਨ ਗੇਅਰ ਬਿਲਕੁਲ ਓਕੇ ਹੈ ਪਹਿਲੇ ਸੈਲਫ ਸਟਾਰਟ ਹੈ ਤੇ ਦਰਵਾਰ ਗੱਲ ਕਰੀਏ ਵਧੀਆ ਕੁਆਲਿਟੀ ਦੇ ਸੀਟ ਕਵਰ ਵਗੈਰਾ ਲੱਗੇ ਨੇ ਮੈਟਿੰਗ ਵਗੈਰਾ ਹੋਈ ਵੀ ਹੈ ਬਲੂਟੂਥ ਵਾਲਾ ਮਿਊਜ਼ਿਕ ਸਿਸਟਮ ਲੱਗੇ ਹੋਏ ਵੀਰੇ ਸੈਂਟਰ ਲਾਕਿੰਗ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚਾਰੋ ਟਾਇਰ ਬਿਲਕੁਲ ਨਵੇਂ ਨੇ ਬੇਦਾਗ ਸਾਫ ਉਦਰੇ ਵਧੀਆ オリジナル ਟਾਇਰ ਨੇ ਬਾਕੀ ਬਾਡੀ ਲਾਈਨ ਵੀ ਸਾਫ ਸੁਥਰੀ ਹੈ ਵੀਰੇ ਹਲਕੇ ਫੁਲਕੇ ਟੱਚਿੰਗ ਹੈ ਮੇਜਰ ਐਕਸੀਡੈਂਟ ਕੋਈ ਨਹੀਂ ਗੱਡੀ ਦਾ ਲੋਕੇਸ਼ਨ ਵੀਰਾਂ ਦੀ ਡੇਲੋਂ ਜ਼ਿਲ੍ਹਾ ਲੁਧਿਆਣਾ ਉੱਥੇ ਵੀਰਾਂ ਕੋਲ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਹੈ 52000 ਪਿਆ ਕਨੈਕਟ ਨੰਬਰ ਐ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਤੇ ਫੋਨ ਕਰ ਸਕਦੇ ਹਾਂਜੀ ਵੀਰੇ ਅੱਬਾ ਤੁਹਾਨੂੰ ਮਰੂਤੀ ਜੈਨ ਗੱਡੀ ਦਿਖਾ ਰਿਹਾ ਹਾਂ ਮਰੂਤੀ ਜੈਨ ਵੀਰੇ 2005 ਮਾਡਲ ਗੱਡੀ ਹੈ ਡੀਜ਼ਲ ਵੇਰੀਐਂਟ ਹੈ 2005 ਮਾਡਲ ਜੈਨ ਵੀਰੇ ਡੀਜ਼ਲ ਵੇਰੀਐਂਟ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਗੱਡੀ ਦੇ ਉਹ ਟਾਇਰ ਨੇ ਚਾਰੋਂ ਟਾਇਰ ਬਿਲਕੁਲ ਨਵੇਂ ਨੇ ਬੇਦਾਗ ਸਾਫ ਤੇ ਬੜੀ ਵਧੀਆ オリジナル ਨਵੇਂ ਟਾਇਰ ਲੱਗੇ ਨੇ ਬਿਲਕੁਲ ਓਕੇ ਕੰਡੀਸ਼ਨ ਹੈ ਮਧੀਆ ਸਾਫ ਦਰਾਂ ਰੰਗ ਪੇਂਟ ਹੈ ਹਲਕੇ ਫੁਲਕੇ ਮਾਈਨਰ ਟੱਚਿੰਗ ਹੈ ਮਾਈਨਰ ਸਕਰਾਚਸ ਨੇ ਬਾਕੀ ਕੋਈ ਮੇਜਰ ਐਕਸੀਡੈਂਟਡ ਵਗੈਰਾ ਨਹੀਂ ਗੱਡੀ ਬਾਡੀ ਲਾਈਨ ਦੀ ਸਾਫ ਸੁਥਰੀ ਹੈ ਕੋਈ ਕਿਤੇ ਗਲਿਸੜੀ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਪਹਿਲੇ ਸੈਲਫ ਸਟਾਰਟ ਹੈ ਵੀਰੇ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਕੋਈ ਐਕਸਟਰਾ ਨੌਇਸ ਵਗੈਰਾ ਨਹੀਂ ਇੰਜਨ एकदम ਸਾਇਲੈਂਟ ਕੰਡੀਸ਼ਨ ਦੇ ਵਿੱਚ ਹੈ ਬਾਕੀ ਵਧੀਆ ਕੁਆਲਿਟੀ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ ਮੈਟਿੰਗ ਹੋਈ ਵੀ ਹੈ ਮਿਊਜ਼ਿਕ ਸਿਸਟਮ ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ ਕੋਈ ਗਮੀ ਪਿਛੇ ਨਹੀਂ ਗੱਡੀ ਦੇ ਵਿੱਚ ਨਵੀਂ ਬੈਟਰੀ ਲੱਗੀ ਗੱਡੀ ਨੂੰ ਐਮਰਾਨ ਦੀ ਬਰੰਤੀ ਦੇ ਵਿੱਚ ਹੈ ਬਾਕੀ ਬਿਲਕੁਲ ਓਕੇ ਕੰਡੀਸ਼ਨ ਹੈ ਹਰਿਆਣਾ ਨੰਬਰ ਗੱਡੀ ਹੈ ਵੀਰੇ ਐਫ ਡੀਬਲ ਟੂ ਵਗੈਰਾ ਵੀਰ ਕਟਵਾ ਕੇ ਦੇਣਗੇ ਲੋਕੇਸ਼ਨ ਵੀਰਾਂ ਦੀ ਬਠਿੰਡਾ ਉੱਥੇ ਵੀਰਾਂ ਕੋਲ ਇਹ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਹੈ 45000 ਰੁਪਿਆ ਕਨੈਕਟ ਨੰਬਰਾਂ ਨੇ ਜਿਸ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਗੱਡੀ ਖਰੀਦ ਸਕਦੇ ਹੋ ਹਾਂਜੀ ਵੀਰੇ ਅਵਧਨ ਮਰuti Swift ਗੱਡੀ ਦਿਖਾ ਰਹੇ ਹਾਂ Swift ਦਾ Desire ਵੀਰੇ 2015 ਮਾਡਲ ਗੱਡੀ ਹੈ ਬਦਿਆ ਸਾਫੁੱਤਰੇ ਕੰਡੀਸ਼ਨ ਦੇ ਵਿੱਚ 2015 ਮਾਡਲ ਸਵਿਫਟ BDI ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ ਗੱਡੀ ਦੇ ਉਹ ਟਾਇਰ ਨੇ ਚਾਰੋ ਟਾਇਰ ਬਿਲਕੁਲ ਨਵੇਂ ਨੇ ਬੇਦਾਗ ਸਾਫੁੱਤਰੇ ਵਧੀਆ origignal MRF ਦੇ ਨਵੇਂ ਟਾਇਰ ਨੇ ਨਵੇਂ ਅਲੋਏ ਵੀ ਲੱਗੇ ਹੋਏ ਨੇ ਵਧੀਆ ਕੁਆਲਿਟੀ ਦੇ ਹੈਵੀ ਨਵੇਂ ਅਲੋਏ ਵੀ ਲੱਗੇ ਨੇ ਪੱਕੀ ਓਵਰਾਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ ਆਲ origignal ਰੰਗ ਪੇਂਟ ਹੈ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਬੈਲ ਮੇਨਟੇਨ ਗੱਡੀ ਹੈ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਚਲਾ ਕੇ ਡੈਸਟਾਈਪ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਸਾਇਲੈਂਟ ਤਸੀਲ ਗੱਡੀ ਹੈ ਵੀਰੇ ਕੋਈ ਕਿਤੇ ਡੈਮੇਜ ਵਗੈਰਾ ਨਹੀਂ ਬਾਕੀ ਸਰਵਿਸ ਵਗੈਰਾ ਗੱਡੀ ਦੀ ਹੋਈ ਵੀ ਹੈ ਸਮੂਥਲੀ ਵਰਕ ਕਰਦਾ ਇੰਜਨ ਹੈ ਕੋਈ ਐਕਸਟਰਾ ਨੌਇਸ ਵਗੈਰਾ ਨਹੀਂ एकदम ਸਾਇਲੈਂਟ ਗੱਡੀ ਹੈ ਅੰਟੀਰੀਅਰ ਬਾਰੇ ਗੱਲ ਕਰੀਏ ਵਧੀਆ ਕੁਆਲਿਟੀ ਦੇ ਨਵੇਂ ਸੀਟ ਕਵਰ ਵਗੈਰਾ ਲੱਗੇ ਹੋਏ ਨੇ ਵਧੀਆ ਕੁਆਲਿਟੀ ਦਾ ਮਿਊਜ਼ਿਕ ਸਿਸਟਮ ਲੱਗੇ ਹੋਏ ਐਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ ਸੈਂਟਰ ਲੋਕਿੰਗ ਹੈ ਪਾਵਰ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਪੰਜਾਬ ਨੰਬਰ ਹੈ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਏਰੀਆ ਵੀਰੇ ਹੁਸ਼ਿਆਰਪੁਰ ਏਰੀਆ ਵੀਰਾਂ ਦਾ ਉੱਥੇ ਵੀ ਰੰਗੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਹੈ 4,60,000 ਰੁਪਿਆ ਕਨੈਕਟ ਨੰਬਰਾਂ ਨੇ ਜਸਕ੍ਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਵੀ ਤੇ ਜਾਣਕਾਰੀ ਲੈ ਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਹਾਂਜੀ ਵੀਰੇ ਅੱਬਾਦ ਨੂੰ ਅਮਰੂਤੀ ਆਲਟੋ ਗੱਡੀ ਦਿਖਾ ਰਹੀਆਂ ਅਮਰੂਤੀ ਆਲਟੋ K10 2014 ਮਾਡਲ ਗੱਡੀ ਹੈ ਵੀਰੇ BXAI ਵੇਰੀਐਂਟ ਹੈ 2014 ਮਾਡਲ ਆਲਟੋ K10 ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ 36,000 ਕਿਲੋਮੀਟਰ ਗੱਡੀ ਚੱਲੀ ਵੀ ਹੈ ਵੀਰੇ origignal ਚੱਲੀ ਹੈ ਅਲਗੇ ਬੁੱਕ ਦੇ ਬੰਪਰ ਉੱਪਰ ਸਕ੍ਰੈਚਸ ਨੇ ਬਾਕੀ ਗੱਡੀ ਦੀ ਬਾਡੀ ਲਾਈਨ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਬੈਲ ਮੈਂਟੇਨਡ ਗੱਡੀ ਹੈ ਪ੍ਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਏਕਦਮ ਸਾਇਲੈਂਟ ਤੇ ਸੀਲਡ ਇੰਜਨ ਹੈ ਰ ਵੀਰੇ ਸਰਵਿਸ ਉੱਪਰ ਹੈ ਗੱਡੀ ਦੀ ਹੋਈ ਵੀ ਹੈ ਚਲਾ ਕੇ ਟੈਸਟ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਏਕਦਮ ਸਮੂਥਲੀ ਗੱਡੀ ਚੱਲਦੀ ਹੈ ਬਾਕੀ ਵਧੀਆ ਕੁਆਲਿਟੀ ਦੇ ਸੀਟ ਕਵਰ ਵਗੈਰਾ ਲੱਗੇ ਨੇ ਮੈਚਿੰਗ ਹੋਈ ਵੀ ਹੈ ਮਿਊਜ਼ਿਕ ਸਿਸਟਮ ਏਸੀ ਹੀਟਰ ਬਿਲਕੁਲ ਕਲੱਕ ਚੱਲਦਾ ਹੈ ਆ ਰੀ ਅਰੀਜੀਨਲ ਅਸੈਸਰੀ ਹੈ ਵੀਰੇ ਕੋਈ ਪਾਰਟ ਨਹੀਂ ਚੇਂਜ ਹੋਇਆ ਗੱਡੀ ਦੇ ਅਗੂ ਹੀ ਅਸੈਸਰੀ ਚੇਂਜ ਹੋਈ ਐਕਦਾਮ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਬੀਐਕਐਸਆਈ ਵੇਰੀਐਂਟ ਹੈ ਵੀਰੇ ਪੰਜਾਬ ਨੰਬਰ ਹੈ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਲੋਕੇਸ਼ਨ ਵੀਰਾਂ ਦੀ ਜਲੰਧਰ ਹੈ ਵੀਰੇ ਆ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਵੀਰਾਂ ਦਾ ਬਰੌਡ ਦਾ ਨੰਬਰ ਹੈ ਇਹਨਾਂ ਨਾਲ ਤੁਸੀਂ ਵਟਸਐਪ ਤੇ ਕਨੈਕਟ ਕਰਕੇ ਬਧੇਰੀ ਜਾਣਕਾਰੀ ਕਲੈਕਟ ਕਰਕੇ ਇਹਨਾਂ ਤੋਂ ਗੱਡੀ ਖਰੀਦ ਸਕਦੇ ਹੋ ਹਾਂਜੀ ਵੀਰੇ ਅੱਬਾ ਜਨੂੰ ਹੁੰਡਾ ਕ੍ਰੇਟਾ ਗੱਡੀ ਦਿਖਾ ਰਹੇ ਹੈ ਹੁੰਡਾ ਕ੍ਰੇਟਾ ਵੀਰੇ 2020 ਮਾਡਲ ਗੱਡੀ ਹੈ ਵਧੀਆ ਸਾਫੀ ਤਰੀ ਕੰਡੀਸ਼ਨ ਦੇ ਵਿੱਚ 2020 ਮਾਡਲ ਹੁੰਡਾਈ ਕ੍ਰੇਟਾ ਐਸਐਕਸ ਵਰਜਨ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ 42000 ਕਿਲੋਮੀਟਰ ਗੱਡੀ ਚੱਲੀ ਵੀ ਹੈ オリジナル ਚੱਲੀ ਹੈ ਸੇਲਡ ਇੰਜਨ ਗੇਅਰ ਹੈ ਸਰਵਿਸ ਵਗੈਰਾ ਗੱਡੀ ਦੀ ਜਾਨਣਾ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਇਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਗੱਡੀ ਪਾਸਟ ਆਨਰ ਹੈ ਵੀਰੇ ਇਹ ਪਹਿਲੇ ਮਾਲਕ ਕੋਲ ਗੱਡੀ ਹੈ ਬੈਲ ਮੈਂਟੇਨਡ ਹੈ ਬੰਪਰ ਟੂ ਬੰਪਰ ਆਲ オリジナル ਰੰਗ ਪੇਂਟ ਹੈ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਗੱਡੀ ਆਲ オリジナル ਪਾਰਟਸ ਨੇ ਕੰਪਨੀ ਫਿਟਡ ਲਾਇਬਲ ਵੀ ਲੱਗੇ ਹੋਏ ਨੇ 555 ਪੈਸੇ ਟਾਇਰ ਨੇ ਪੇਦਾਗ ਸਾਫ ਤੇ ਵਧੀਆ オリジナル ਟਾਇਰ ਨੇ ਬਾਕੀ ਇੰਟੀਰੀਅਰ ਬਾਰੇ ਗੱਲ ਕਰੀਏ ਵਧੀਆ ਕੁਆਲਿਟੀ ਦੇ ਸੀਟ ਕਵਰ ਵਗੈਰਾ ਮੈਟੇਮ ਕਹਿਰਾ ਹੋਈ ਵੀ ਹੈ ਕੋਈ ਕਮੀ ਪੇਸ਼ ਨਹੀਂ ਆਲ オリジナル ਐਸੈਸਰੀਏ ਬਰੇ ਕੋਈ ਪਾਰਟ ਨਹੀਂ ਚੇਂਜ ਹੋਇਆ ਕੋਈ ਐਸੈਸਰੀ ਨਹੀਂ ਚੇਂਜ ਹੋਈ ਇਕਦਮ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ ਪੰਜਾਬ ਨੰਬਰ ਹੈ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਏਰੀਆ ਵੀਰੇ ਬਾਗਾ ਪੁਰਾਣਾ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲ ਇਹ ਗੱਡੀ ਹੈ ਗੱਡੀ ਦੀ ਰਿਮਾਰਕ ਕੀ ਹੈ 16 ਲੱਖ ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਕਨੈਕਟ ਨੰਬਰਾਂ ਨੀਚੇ ਸਕਰੀਨ ਤੇ ਸ਼ੋਹਰੇ ਇਸ ਨੰਬਰ ਤੇ ਕਾਲ ਕਰਕੇ ਬਿਧੇ ਜਾਣਕਾਰੀ ਲੈ ਕੇ ਤੁਸੀਂ ਖਰੀਦ ਸਕਦੇ ਹੋ ਹਾਂਜੀ ਵੀਰੇ ਆਪਾਂ ਤੁਹਾਨੂੰ ਮਹਿੰਦਰਾ ਸਕੋਰਪਿਓ ਗੱਡੀ ਦਿਖਾ ਰਿਹਾ ਹਾਂ ਮਹਿੰਦਰਾ ਸਕੋਰਪਿਓ 2019 ਮਾਡਲ ਗੱਡੀ ਹੈ 4 ਵੀਲ ਡਰਾਈਵ ਹੈ ਵੀਰੇ 4x4 19 ਮਾਡਲ ਮਹਿੰਦਰਾ ਸਕੋਰਪਿਓ ਐਸ 11 ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਗੱਡੀ ਦੇ ਟਾਇਰ ਨੇ 8500 ਪੈਸੇ ਟਾਇਰ ਨੇ ਬੇਦਾਗ ਸਾਫ ਤੇ ਵਧੀਆ Ориਜినਲ ਟਾਇਰ ਨੇ ਲਾਏ ਵੀ ਲੱਗੇ ਵੀ ਨੇ ਵਧੀਆ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ ਫਸਟ ਓਨਰ ਗੱਡੀ ਹੈ ਪਹਿਲੇ ਮਾਲਕ ਕੋਲ ਹੈ ਵੀਰੇ ਬੈਲ ਮੈਂਟੇਨਡ ਹੈ ਕੋਈ ਕਮੀ ਪੇਸ਼ ਨਹੀਂ ਗੱਡੀ ਦੇ ਵਿੱਚ 36000 ਦੇ ਕਰੀਬ ਗੱਡੀ ਚੱਲੀ ਵੀ ਹੈ Ориਜినਲ ਚੱਲੀ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਇੱਕਦਮ ਸਾਇਲੈਂਟ ਤੇ ਸੀਲਡ ਕੀਤੀ ਹੈ ਵੀਰੇ ਕੋਈ ਐਕਸਟਰਾ ਨੌਇਸ ਵਗੈਰਾ ਨਹੀਂ ਇੱਕਦਮ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਆਲ ਓਰੀਜਨਲ ਗੱਡੀ ਬਹੁਤ ਕੀਜ਼ ਨਾਲ ਨੇ ਸਰਵਿਸ ਬੁੱਕ ਵਗੈਰਾ ਨਾਲ ਹੈ ਕੋਈ ਕਮੀ ਪੇਸ਼ੀ ਨਹੀਂ ਫੁੱਲ ਇੰਸ਼ੋਰੈਂਸ ਹੈ ਪੰਜਾਬ ਨੰਬਰ ਹੈ ਬੰਪਰ ਟੂ ਬੰਪਰ ਆਲ ਓਰੀਜਨਲ ਰੰਗ ਪੇਂਟ ਹੈ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਕਿਤੇ ਸਕਰੈਚ ਤੱਕ ਨਹੀਂ ਲੱਗਿਆ ਹੋਇਆ ਗੱਡੀ ਤੇ ਇੱਕਦਮ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਇੰਡਰਰ ਬਾਰੇ ਗੱਲ ਕਰੀਏ ਵਧੀਆ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਇੰਡਰਰ ਦੇ ਬਾਰੇ ਕੰਪਨੀ ਫਿੱਟੜਾ ਸਾਰੀ ਐਸੈਸਰੀ ਵਗੈਰਾ ਕੋਈ ਪਾਰਟ ਨਹੀਂ ਚੇਂਜ ਹੋਇਆ ਕੋਈ ਐਸੈਸਰੀ ਨਹੀਂ ਚੇਂਜ ਹੋਈ ਗੱਡੀ ਦੀ ਨਾਲ ਓਰੀਜਨਲ ਗੱਡੀ ਹੈ ਲੋਕੇਸ਼ਨ ਵੀਰਾਂ ਦੀ ਭੋਗਪੁਰ ਹੈ ਉੱਥੇ ਵੀਰਾਂ ਕੋਲੇ ਇਹ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਿਆ 19,25,000 ਰੁਪਇਆ ਕਨੈਕਟ ਨੰਬਰਾਂ ਨੇ ਜਸਕ੍ਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਵੀ ਤੁਸੀਂ ਜੈਨ ਕਰੀ ਲੈ ਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਮੌਕੇ ਤੇ ਡਿਸਕਾਊਂਟ ਹੋ ਜਗਿਆ ਵੀਰੇ ਥੈਂਕ ਯੂ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਂ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਮੀਦ ਹੈ ਨ ਰਿਕਵੈਸਟ ਹੈ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰਨਾ ਵੀਰੇ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਈ ਰਹਿਣ। ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪ ਤੁਹਾਵ ਦੀ ਕੀਮਤੀ ਸਜਾ ਸਾਨੂੰ ਜਰੂਰ ਦਿਓ। ਜੇ ਕੋਈ ਸਾਡੇ ਵੱਲੋਂ ਕਮੀ ਪੇਸ਼ੀ ਰਹਿੰਦੀ ਆ ਤਾਂ ਸਾਨੂੰ ਪਤਾ ਚੱਲ ਸਕੇ ਕਿ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰਕੇ ਤੁਹਾਡੇ ਲਈ ਚੰਗੀ ਤੋਂ ਚੰਗੀ ਅਗਲੀ ਵੀਡੀਓ ਬਣਾ ਕੇ ਲੈ ਕੇ ਆ ਸਕੀ। ਸੋ ਉਮੀਦ ਕਰਨਾ ਮੇਰੇ ਜੁੜੇ ਰੰਗੇ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਸੋ ਇੱਕ ਰਿਕੁਐਸਟ ਆਪਣੇ ਉਹ ਵੀਰਾਂ ਨੂੰ ਹੈ ਜੋ ਆਪਣੇ ਐਡ ਕਰਵਾਉਣ ਲਈ ਮੈਸੇਜਿੰਗ ਸੈਂਡ ਕਰਦੇ ਨੇ ਸੋ ਪਲੀਜ਼ ਵੀਰੇ ਰਿਕੁਐਸਟ ਹੈ ਜੋ ਕੋ ਮੇਰਾ ਵੀਰ ਐਡ ਕਰਵਾਉਣ ਲਈ ਆਪਣੇ ਮੈਸੇਜਿੰਗ ਸੈਂਡ ਕਰਦਾ ਹੈ ਤੇ ਆਪਣੇ ਚੀਜ਼ ਦਾ ਜੋ ਰੇਟ ਹੈ ਪ੍ਰਾਈਸ ਹੈ ਉਹ ਮਾਰਕੀਟ ਵੈਲਿਊ ਵਾਲਾ ਰੱਖੋ ਵੀਰੇ ਤੇ ਸਹੀ ਜਾਣਕਾਰੀ ਦਿਓ ਕਿਉਂਕਿ ਵੀਰੇ ਰੇਟ ਬਾਰੇ ਵੀਰਾਂ ਦੀ ਬਹੁਤ ਕੰਪਲੇਨਟ ਆਉਂਦੀ ਹੈ ਵੀ ਵੀਡੀਓ ਦੇ ਵਿੱਚ ਰੇਟ ਜ਼ਿਆਦਾ ਰੱਖਿਆ ਜਾਂਦਾ ਸੋ ਇਸ ਕਰਕੇ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਵੀ ਚੀਜ਼ਾਂ ਦੇ ਅੰਦਰ ਜੋ ਉਹੀ ਰੱਖੋ ਜਿਹੜਾ ਮਾਰਕੀਟ ਵੈਲਿਊ ਹਿਸਾਬ ਨਾਲ ਤੁਹਾਡੀ ਚੀਜ਼ ਦਾ ਬੰਦ ਆਇਆ ਅਗਰ ਕਿਸੇ ਮੇਰੇ ਬੀਜ ਨੂੰ ਕੋਈ ਰੇਟ ਬਾਰੇ ਪ੍ਰੋਬਲਮ ਆ ਵੀਰੇ ਆਪਣਾ WhatsApp ਤੇ ਕਨੈਕਟ ਕਰੋ ਆਪਣੀ ਜੀ ਦਾ ਰੇਟ ਵਗੈਰਾ ਪਤਾ ਕਰਕੇ ਉਸ ਜੀ ਦੀ ਤੁਸੀਂ ਐਡ ਕਰਵਾ ਸਕਦੇ ਹੋ ਸੋ ਵੀਰੇ ਕਈ ਮੇਰੇ ਵੀਰ ਫੇਕ ਜਾਣਕਾਰੀ ਦਿੰਦੇ ਨੇ ਐਕਸੀਡੈਂਟਲ ਕੱਢਿਆ ਨੂੰ ਟੱਚਣ ਗਾਲੀਆਂ ਕੱਢਿਆ ਨੂੰ origignal ਦਾ ਸਕੈਡ ਕਰਵਾ ਲੈਂਦੇ ਨੇ ਜਦੋਂ ਕੋਈ ਵੀਰ ਖਰੀਦੀ ਨੂੰ ਉਹਨਾਂ ਕੋਲ ਵਿਜ਼ਿਟ ਕਰਦਾ ਹੈ ਉਹਨਾਂ ਨੂੰ ਬਿਲਕੁਲ ਉਲਟ ਜਾਣਕਾਰੀ ਮਿਲਦੀ ਹੈ ਸੋ ਇਹਨਾਂ ਜੀਜਾਂ ਕਰਕੇ ਵੀਰੇ ਜੋ ਕੋ ਵੀਰ ਤੋਂ ਕੋਲ ਆਉਂਦੇ ਨੇ ਉਹਨਾਂ ਦਾ ਟਾਈਮ ਤੇ ਪੈਸਾ ਤਾਂ ਉਹਨੂੰ ਵੇਸਟ ਹੁੰਦੇ ਨੇ ਤੇ ਆਪਣੇ ਚੈਨਲ ਦੇ ਵੀ ਉਸ ਚੀਜ਼ ਦਾ ਬੁਰਾ ਪ੍ਰਭਾਵ ਪੈਂਦਾ ਹੈ ਸੋ ਸਹੀ ਜਾਣਕਾਰੀ ਪ੍ਰੋਵਾਈਡ ਕਰਾਇ ਕਰੋ ਫੋਨ ਨੰਬਰ ਵਗੈਰਾ ਆਪਣਾ ਉਹ ਦੇ ਕਰੋ ਜਿਹੜਾ ਤੁਸੀਂ ਰੈਗੂਲਰ ਯੂਜ਼ ਕਰਦੇ ਹੋ ਲੋਕੇਸ਼ਨ ਆਪਣੀ ਟ੍ਰੇਸੇਵਾਲ ਦੱਸਿਆ ਕਰੋ ਤਾਂ ਜੋ ਸਾਨੀ ਨਾਲ ਮੈਪ ਤੇ ਸਰਚ ਕਰਕੇ ਵੀ ਤੁਹਾਡੇ ਕੋਲ ਵਿਜ਼ਿਟ ਕਰ ਸਕਣ ਸੋ ਉਮੀਦ ਕਰਦਾ ਇਹਨਾਂ ਨੇ ਚੀਜ਼ਾਂ ਦੇ ਉੱਤੇ ਜ਼ਰੂਰ ਗੌਰ ਕਰੋਗੇ ਸਪੋਰਟ ਕਰੋਗੇ ਸਾਥ ਦੇਵੋਗੇ ਜੁੜੇ ਰਹੋਗੇ ਆਪਣੇ ਚੈਨਲ ਜਟਾਂ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਵੀਡੀਓ ਅੱਗੇ ਵੀ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਵੇ ਤੇ ਆਪਣੇ ਹਰੇਕ ਵੀਰ ਨੂੰ ਬਿਨਾਂ ਕਿਸੇ ਕਮਿਸ਼ਨ ਤੋਂ ਚੀਖ